ਬਾਬਾ ਜੀ ਹੁਣ ਤੱਕ ਸੁਣਦੇ ਆਏ ਆ ਜਿੰਨੇ ਵੀ ਮਹਾਪੁਰਸ਼ ਇਹੀ ਕਹਿੰਦੇ ਆ ਕਿ ਉਸ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਕਦੇ ਪਤਾ ਵੀ ਨਹੀਂ ਹਿਰਦਾ। ਪਰ ਜਿਹੜੇ ਕਰਮ ਐ ਉਹ ਚੰਗੇ ਮਾੜੇ ਕਿਵੇਂ ਹੋ ਸਕਦੇ ਕਿਉਂਕਿ ਆਪਾਂ ਜਿਹੜਾ ਵੀ ਕੰਮ ਕਰਦੇ ਜੇ ਇਹ ਗੱਲ ਸਹੀ ਐ ਕਿ ਜੋ ਵੀ ਕਰਦਾ ਪਰਮਾਤਮਾ ਕਰਦਾ ਉਹਦੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਹਿਰਦਾ ਫੇਰ ਕਰਮ ਚੰਗੇ ਤੇ ਮਾੜੇ ਕਿਵੇਂ ਹੋ ਸਕਦੇ? ਬਟਾ ਮਾਲਕ ਨੇ ਨਾ ਸ੍ਰਿਸ਼ਟੀ ਬਣਾ ਕੇ ਸ੍ਰਿਸ਼ਟੀ ਦਾ ਇੱਕ ਕੁਦਰਤ ਦਾ ਕਾਨੂੰਨ ਬਣਾਤਾ। ਔਰ ਉਹ ਕੁਦਰਤ ਦਾ ਕਾਨੂੰਨ ਕਹਿੰਦਾ ਹੈ ਕਿ ਜਿਹੋ ਜਿਹੇ ਬੀਜ ਬੋਉਂਗੇ ਉਹੋ ਜੀ ਫਸਲ ਮਿਲੂਗੀ ਹੁਣ ਜਿਹੜੇ ਤੁਹਾਡੇ ਕਰਮ ਐ ਉਹ ਤਾਂ ਇੱਕ ਅਵਸਥਾ ਵਿੱਚ ਲਿਆ ਕੇ ਖੜਾ ਕਰ ਦਿੰਦੇ ਐ ਉਸ ਤੋਂ ਅੱਗੇ ਅਸੀਂ ਚੁਣਦੇ ਐ ਕਿ ਕਿਵੇਂ ਅੱਗੇ ਵਧਣਾ ਹੈਗਾ ਸਹੀ ਵੀ ਚੁਣ ਸਕਦੇ ਐ ਗਲਤ ਵੀ ਚੁਣ ਸਕਦੇ ਐ ਹੁਣ ਕਹਿਣ ਵਾਸਤੇ ਅਸੀਂ ਕਹਿ ਦਿੰਦੇ ਐ ਕਿ ਸਾਰਾ ਕੁਝ ਮਾਲਕ ਕਰਦਾ ਮੰਨਦਾ ਕੌਣ ਐ ਬੇਟਾ ਆਪਾਂ ਤਾਂ ਕਦੇ ਨਹੀਂ ਕਿਹਾ ਕਿ ਜੇ ਮਾਲਕ ਚਾਹੂਗਾ ਤਾਂ ਮੇਰੇ ਮੂੰਹ ਚ ਆ ਕੇ ਰੋਟੀ ਪਾ ਦੂਗਾ ਮੈਂ ਮੰਜੇ ਤੇ ਕਿਉਂ ਉਠਾਂ ਆਪਾਂ ਉੱਠ ਕੇ ਕਦਮ ਚੁੱਕ ਕੇ ਕੋਸ਼ਿਸ਼ ਕਰਦੇ ਆਂ ਕਿ ਨਹੀਂ ਕੋਸ਼ਿਸ਼ ਕਰਦੇ ਬੇਟਾ ਸੂਇਸ ਕਰਕੇ ਬੇਟਾ ਜਦੋਂ ਤੁਸੀਂ ਉਸ ਅਵਸਥਾ ਵਿੱਚ ਪਹੁੰਚ ਜਾਓਗੇ ਜਦੋਂ ਤੁਸੀਂ ਮਾਲਕ ਵਿੱਚ ਇੰਨਾ ਵਿਸ਼ਵਾਸ ਰੱਖੋਗੇ ਫਿਰ ਸਾਰਾ ਕੁਝ ਹੀ ਮਾਲਕ ਦੀ ਜ਼ਿੰਮੇਵਾਰੀ ਹੈ ਮਗਰ ਜਿੰਨਾ ਚਿਰ ਅਸੀਂ ਚੁੰਨਦੇ ਆਂ ਹੁਣ ਇਸ ਵਕਤ ਆਪਾਂ ਹਰ ਇੱਕ ਚੀਜ਼ ਵਿੱਚ ਆਪਣੀ ਅਕਲ ਨੂੰ ਆਪਣੀ ਚੋਇਸ ਨੂੰ ਸਾਹਮਣੇ ਰੱਖਦੇ ਆਂ ਬੇਟਾ ਸਵੇਰੇ ਉੱਠ ਕੇ ਆਪਾਂ ਕਪੜੇ ਵੀ ਚੁਣਦੇ ਆਂ ਕੀ ਖਾਣਾ ਹੈ ਉਹ ਵੀ ਚੁਣਦੇ ਆਂ ਕੀ ਕਰਨਾ ਹੈ ਉਹ ਵੀ ਚੁਣਦੇ ਆਂ ਹਰ ਇੱਕ ਚੀਜ਼ ਵਿੱਚ ਆਪਾਂ ਆਪਣੀ ਸੋਚ ਨੂੰ ਮਨ ਦੇ ਪਿੱਛੇ ਅਧੀਨ ਹੋ ਕੇ ਚੱਲਦੇ ਆਂ ਨਾ ਜਿੱਦਣ ਮਨ ਕਾਬੂ ਵਿੱਚ ਆ ਗਿਆ ਫਿਰ ਗੱਲ ਹੀ ਖਤਮ ਹੋ ਗਈ ਬੇਟਾ